ਭਾਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਸਤਿ ਸ਼੍ਰੀ ਅਕਾਲ ਜੀ ਸਰ, ਬਹੁਤ ਬਹੁਤ ਧੰਨਵਾਦ ਜੀ ਸਾਡੇ ਘਰੇ ਆਇਆ ਨੂੰ ਜੀ ਆਇਆ। ਥੈਂਕ ਯੂ ਭਾਜੀ, ਧੰਨਵਾਦ। ਬਹੁਤ ਧੰਨਵਾਦ ਪਹਿਲਾਂ ਤਾਂ ਮਿੱਤਰੋ ਮੈਂ ਤੁਹਾਨੂੰ ਦੱਸ ਦਵਾਂ ਵੀ ਸਾਡਾ ਰਿੰਕੂ ਭਾਜੀ ਨਾਲ ਪਿਆਰ ਤਕਰੀਬਨ 2009-10 ਦਾ ਨਾ ਜੀ। ਹਾਂਜੀ ਹਾਂਜੀ ਬਿਲਕੁਲ ਹੈ, ਅਸੀਂ ਇਕੱਠੇ ਆਸਟ੍ਰੇਲੀਆ 'ਚ ਵੀ ਰਹੇ ਹਾਂ ਇਕੱਠੇ, ਮਤਲਬ ਅਸੀਂ ਬਹੁਤ ਪਹਿਲਾਂ ਤੋਂ ਕਾਫੀ ਦੇਰ ਤੋਂ ਪਿਆਰ ਚੱਲਦਾ ਆ ਰਿਹਾ, ਤੇ ਮੈਨੂੰ ਖੁਦ ਨੂੰ ਨਹੀਂ ਪਤਾ ਕਿ ਸਾਡੇ ਆਪਣੇ ਘਰ ਇੰਨੀਆਂ ਸੋਹਣੀਆਂ ਘੋੜੀਆਂ ਖੜੀਆਂ ਆ ਹਨਾ, ਤੇ ਭਾਜੀ ਹੁਣੀ ਫਾਰਮ ਵੀ ਬਣਾ ਰਹੇ ਆ, ਮੈਨੂੰ ਇਸ ਚੀਜ਼ ਦਾ ਸੱਚੀ ਨਹੀਂ ਪਤਾ, ਨਹੀਂ ਬਹੁਤ ਦੇਰ ਪਹਿਲਾਂ ਹੀ ਆਪਾਂ ਇਹ ਵੀਡੀਓ ਕਰ ਜਾਣੀਆਂ ਸੀਗੀਆਂ, ਤੇ ਉਸ ਤੋਂ ਬਾਅਦ ਇਹ ਹੁਣ ਆਸਟ੍ਰੇਲੀਆ ਤੋਂ ਆਏ ਹੋਏ ਸੀ ਤਾਂ ਇਹਨਾਂ ਨੇ ਦੱਸੀਆਂ ਸਾਰੀਆਂ ਗੱਲਾਂ ਬਾਤਾਂ, ਤਾਂ ਬਸ ਉਦੋਂ ਪਤਾ ਲੱਗਾ ਕਿ ਇਹਨਾਂ ਨੇ ਘੋੜੀਆਂ ਵੀ ਰੱਖ ਲਈਆਂ ਹਨਾ। ਸ਼ੌਂਕ ਤਾਂ ਕਾਫੀ ਪਹਿਲਾਂ ਤੋਂ ਆ, ਕਈ ਚੀਜ਼ਾਂ ਦੇ ਸ਼ੌਂਕ ਆ ਭਾਜੀ, ਬਹੁਤ ਬਹੁਤ ਮਤਲਬ ਜਾਨਵਰਾਂ ਦਾ ਤਾਂ ਇਹਨਾਂ ਨੂੰ ਕਹਿ ਸਕਦੇ ਵੀ ਪਹਿਲਾਂ ਤੋਂ ਕਾਫੀ ਸ਼ੌਂਕ ਆ, ਪਹਿਲਾਂ ਇੱਕ ਤਰ੍ਹਾਂ ਤੋਂ ਮੰਨਿਆ ਵਾ ਸਟਾਰਟਿੰਗ ਚੋਂ ਹੀ। ਬਿਲਕੁਲ ਬਿਲਕੁਲ ਬਿਲਕੁਲ, ਛੋਟੇ ਹੁੰਦਿਆਂ ਤੋਂ ਹੀ ਮਤਲਬ ਬਜ਼ੁਰਗਾਂ ਨੇ ਸ਼ੌਂਕ ਲਾਇਆ, ਪਹਿਲਾਂ ਬੋਲਦ ਪਜਾਉਂਦੇ ਸੀ, ਬੋਲਦ ਹਾਂਜੀ ਬਹੁਤ ਪਜਾਏ, ਬੋਲਦਾਂ ਦੇ ਵਿੱਚ ਵੀ ਹਨਾ ਕਾਫੀ ਵਧੀਆ ਨਾਮ ਚੱਲਦਾ ਰਿਹਾ, ਬਸ ਹੁਣੇ ਛੱਡੇ ਜੀ ਬਸ 6 ਮਹੀਨਿਆਂ ਤੋਂ। 6 ਮਹੀਨਿਆਂ ਦਾ? ਅੱਛਾ, ਤੇ ਕੌਣ ਪਜਾਉਂਦੇ ਹੁੰਦੇ ਸੀ ਬਾਅਦ ਚ ਮਗਰ? ਸਾਡੇ ਚਾਚਾ ਜੀ। ਅੱਛਾ, ਅਮਰਜੀਤ ਸਿੰਘ ਜੀਤਾ ਜਗਤਪੁਰ ਤੋਂ, ਜਗਤਪੁਰ ਤੋਂ ਹਾਂਜੀ ਹਾਂਜੀ। ਅੱਛਾ, ਉਹ ਕਾਫੀ ਦੇਰ ਤੋਂ ਯਾਨੀ ਉਹ ਤੁਸੀਂ ਵੀ ਨਾਲ ਹੀ ਸੀ? ਬਹੁਤ ਅਸੀਂ ਛੋਟੇ ਛੋਟੇ ਜਾਂਦੇ, ਮਤਲਬ ਅਸੀਂ ਦੇਖਦੇ ਘਰੇ ਨਾਲ ਜ਼ਿਆਦਾ ਜਾਣਿਆ ਜਾਂਦਾ। ਠੀਕ ਹੈ ਜੀ, ਨਹੀਂ ਨਹੀਂ ਇੱਕ ਲੱਖ ਖਰਚਾ ਵੀ ਸੀਗਾ ਤੁਹਾਡੇ ਕੋਲ ਭੱਜਦਾ ਹੁੰਦਾ? ਲੱਖਾਂ ਨਹੀਂ ਸੀ ਸਾਡੇ ਕੋਲ, 2006-07 ਦੀ ਗੱਲ ਹੈ, ਸਾਵੇ ਸੀ ਜਿਹੜਾ ਲੱਖਾ ਸੀ ਉਹ ਸਾਡੇ ਦੂਜੇ ਅੰਦਰ ਮੁੰਡਾ ਪਿੰਡ 'ਚ ਹੋਰ ਵੀ ਬਹੁਤ ਪਿਆਰ। ਅੱਛਾ, ਲੱਖਾ ਉਹਨਾਂ ਕੋਲ ਸੀ, ਠੀਕ ਹੈ ਜੀ। 5-7 ਬੰਦੇ ਭਜਾਉਂਦੇ ਆ, ਹੈਗਾ ਸ਼ੌਂਕ ਕਈਆਂ ਨੂੰ ਵਜਣ ਦੇ, ਪੁਰਾਣਾ ਮਤਲਬ ਸ਼ੌਂਕ ਆ ਜੀ। ਸਹੀ ਆ, ਸਹੀ, ਸਾਡੇ ਕੋਲ ਤਕਰੀਬਨ ਸਾਰੇ ਛੱਡਣ ਲੱਗ ਪਏ ਨਾ ਹੌਲੀ ਹੌਲੀ ਕਰਕੇ, ਜਿੱਦਾਂ ਜਿੱਦਾਂ ਫਿਰ ਇੱਦਾਂ ਇਕੱਲੇ ਇਕੱਲੇ ਹੋਈ ਜਾਂਦੇ ਆ ਮੁੰਡੇ, ਜਦੋਂ ਬਾਹਰ ਜਾਈ ਜਾਂਦੇ ਬੰਦੇ ਸਿਆਣੇ ਹੋਈ ਜਾਂਦੇ ਆ ਭਾਜੀ, ਜਿਹੜੇ ਨਵੇਂ ਮੁੰਡੇ ਉਹ ਸਾਰੇ ਬਾਹਰ ਵਾ ਬਾਹਰ ਆ, ਇਹ ਜਿਹੜਾ ਬੋਲਣਾ ਦਾ ਸ਼ੌਂਕ ਹੈ, ਇਹਨੂੰ 5-7 ਬੰਦੇ ਚਾਹੀਦੇ ਆ, ਕਿਉਂਕਿ ਜਦੋਂ ਜੋੜਨਾ ਇਹ ਛੋਟਾ ਹੀ ਚਾਤੋਂ। ਅੱਛਾ, ਚਾਚੇ ਦਾ ਮੁੰਡਾ ਹੈ। ਅੱਛਾ, ਇਹ ਸਪੇਨ ਚ ਵਾ, ਸੌਰੀ ਆਪਣੇ ਸਪੇਨ ਚ ਹਾਂਜੀ, ਇਸ ਸਪੇਨ ਚ ਭਾਜੀ ਹੁਣੇ ਆ ਕੇ ਫਿਰ ਚਾਚੇ ਹੁਣੇ ਇਕੱਲੇ ਸੀ ਮਗਰ, ਹਾਂ ਪਿਆਰ ਨਹੀਂ ਹੁੰਦੇ ਫਿਰ ਉਹ। ਸਹੀ ਆ ਚਲੋ ਕੋਈ ਗੱਲ ਨਹੀਂ, ਤੇ ਨਾਲ ਫਿਰ ਹੁਣ ਫਿਰ ਕੁੱਤਿਆਂ ਦਾ ਵੀ ਸੱਚ ਸੀਗਾ ਨਾ? ਹਾਂਜੀ, ਕੁੱਤਿਆਂ ਦਾ, ਰੇਸਾਂ ਵਾਲੇ ਵੀ ਰੱਖੇ ਹੋਏ ਸੀ, ਉਹਦਾ ਵੀ ਸ਼ੌਂਕ ਲੈ ਪਿੱਟਬੁਲ ਵਗੈਰਾ ਵੀ ਯਾਰ ਦੋਸਤ ਵੀ ਛੱਡੇ ਹੋਏ। ਅੱਛਾ, ਉਹ ਵੀ ਰੱਖੇ ਹੋਏ ਆ ਹਲੇ, ਰੇਸਾਂ ਵਾਲੇ ਚੱਲਦੇ ਆ, ਪਿੱਟਬੁਲ ਵੀ ਘਰੇ ਵੀ ਹੈਗਾ ਇੱਕ ਆਪਣੇ ਕੋਲ। ਅੱਛਾ ਜੀ, ਮਤਲਬ ਸਾਰੇ 3-4 ਬ੍ਰੀਡਾਂ ਦਾ ਪਸ਼ੂ ਸ਼ਕੀਨ ਆ, ਮਤਲਬ ਜਿਆਦਾ ਬੁਲੀ ਹੋ ਗਏ, ਪੈਂਟਰ ਹੋ ਗਏ, ਪਿੱਟਬੁਲ ਹੋ ਗਏ, ਪਿੱਟਬੁਲ ਹੋ ਗਏ, ਪੈਰਟ ਨੋਜ਼ ਵਾਲੇ ਹੋ ਗਏ। ਬਿਲਕੁਲ, ਤੁਹਾਡੇ ਵੱਲ ਉਦਾਂ ਵੀ ਡੌਗ ਇੱਥੇ ਇਸ ਏਰੀਏ ਦੇ ਵਿੱਚ ਨਾ ਬੜਾ ਚੋਰੀ ਜੀ ਵਧੀਆ ਉਹੀ ਰੱਖਣੇ ਪੈਂਦੇ ਆ, ਜਿਹੜੇ ਥੋੜੇ ਜਿਹਾ ਸ਼ਿਕਾਰ ਲਈ ਰੱਖਦੇ ਆ, ਮਤਲਬ ਲੋਕ ਸ਼ਿਕਾਰ ਤਾਂ ਨਹੀਂ ਕਰਦੇ, ਰਾਖੀ ਲਈ ਵਧੀਆ, ਕਿਉਂਕਿ ਉੱਪਰੋਂ ਜਾਨਵਰ ਆ ਜਾਂਦੇ ਆ ਫਿਰ ਬਹੁਤ ਤੰਗ ਕਰ ਦੇਣਾ ਕਰਕੇ ਫਿਰ ਰੱਖਣਾ ਪੈਂਦਾ। ਹਾਂ, ਫਿਰ ਵਧੀਆ ਹੋਵੇ ਜਿਹੜਾ ਸ਼ਿਕਾਰ ਨੂੰ ਪੈਂਦਾ ਹੋਵੇ ਤੇ ਪਛਾਣ ਜੋਗਾ ਹੋਵੇ ਨਾ, ਵਧੀਆ ਕੁੱਤਰ। ਤੇ ਘੋੜੀਆਂ 'ਚ ਕਦੋਂ ਕੋ ਵੜ ਗਏ? ਘੋੜੀਆਂ ਜੀ ਹੋ ਗਏ ਸਾਨੂੰ, ਮੈਨੂੰ ਲੱਗਦਾ 3-3.5 ਸਾਲ ਹੋ ਗਏ। ਅੱਛਾ, ਮਤਲਬ ਤਿਆਰੀ ਤਾਂ ਬਹੁਤ ਸਾਲਾਂ ਦੀ ਸੀਗੀ। ਹੂੰ, ਪਰ ਜਿੱਦਾਂ ਕਹਿੰਦੇ ਹੁੰਦੇ ਵੀ ਮਤਲਬ ਸਾਂਭ ਨਹੀਂ ਹੁੰਦੇ, ਸਬੱਬ ਨਹੀਂ ਬਣਿਆ, ਕਦੇ ਰੱਖੀ ਨਹੀਂ ਸੀਗੀ। ਹੂੰ, ਤੇ ਸ਼ੌਂਕ ਸੀ ਮਤਲਬ ਛੋਟੇ ਹੁੰਦੇ ਨੇ। ਹੂੰ, ਮਤਲਬ ਮਾਮਾ ਮੈਨੂੰ ਕਹਿੰਦਾ ਸੀ ਤੈਨੂੰ ਘੋੜੀ ਲੈ ਕੇ ਦੇਣੀ। ਅੱਛਾ, ਤੇ ਉਹ ਇਹਨਾਂ ਇੱਕ ਰਿੰਗੂ ਭਾਜੀ ਹੋਰ ਵੀ ਆਪਾਂ ਨਾ ਕਹਿੰਦੇ ਹੁੰਦੇ ਵੀ ਦਿਲ 'ਚ ਆਸ ਰੱਖੋ, ਹਾਂਜੀ, ਉਹ ਹੌਲੀ ਹੌਲੀ ਬੂਟਾ ਲੱਗੇ ਜਾਂਦਾ ਹੈਗਾ, ਤੁਸੀਂ ਸੋਚਦੇ ਰਹੇ ਵੀ ਲੈਣੀਆਂ ਲੈਣੀਆਂ ਘੋੜੀਆਂ, ਉਹ ਆਏ ਗਈਆਂ ਘਰ ਹੌਲੀ ਹੌਲੀ ਕਰਕੇ, ਮਤਲਬ ਹਾਂ ਨਾਨਕੇ ਵੱਲ ਤੋਂ ਮੈਨੂੰ ਸ਼ੌਂਕ ਆ ਜਾਣੀ ਕਿ। ਠੀਕ ਹੈ ਜੀ, ਹਾਂ ਨਾਨਕੇ ਮੇਰੇ ਮਾਛੀ ਵੜੀ ਹੈ ਜੀ। ਅੱਛਾ, ਤੇ ਉੱਥੇ ਸਾਡੇ ਗੁਰੂ ਦੇ ਚਰਨ ਉੱਤੇ ਪਏ ਚਰਨ ਪਏ, ਉਹ ਬਿਲਕੁਲ ਬਿਲਕੁਲ, ਇੰਨਾ ਕਿ ਤਾਂ ਫਿਰ ਗਾਹਾਂ ਬਲੱਡ 'ਚ ਆਊਗਾ ਯਾਰ, ਆਈ ਜਾਂਦਾ ਜੀ ਬਿਲਕੁਲ ਬਿਲਕੁਲ। ਤੇ ਜਦ ਤੋਂ ਮਤਲਬ ਸ਼ੌਂਕ ਸੀਗਾ ਹੌਲੀ ਹੌਲੀ, ਚਲੋ ਹੁਣ ਫਿਰ ਪੂਰੇ ਹੋਣ ਲੱਗ ਪਏ ਸ਼ੌਂਕ, ਹੋਣ ਲੱਗ ਪਏ। ਤੇ ਫਿਰ ਇਹ ਸਾਲ ਬਾਅਦ ਗੇੜਾ ਮਾਰਦੇ ਆ ਘੋੜੀਆਂ ਕਰਕੇ? ਹਾਂਜੀ, ਤਕਰੀਬਨ ਤਾਂ ਕਰੋਨਾ ਕਰਕੇ ਫਸ ਗਿਆ ਸੀ। ਅੱਛਾ, ਤੇ ਕਰੋਨਾ ਕਰਕੇ ਫਸ ਗਏ ਸੀਗੇ, ਫਿਰ ਆ ਨਹੀਂ ਹੋਇਆ ਉਦੋਂ, ਆ ਨਹੀਂ ਹੋਇਆ ਉਹਦੇ ਕਰਕੇ ਜੀ ਫਿਰ
ਹੁਣ ਜਾਨੀ ਕਿ ਤਕਰੀਬਨ ਹੈਗਾ ਤਾਂ ਇਦਾਂ ਹੀ ਆ ਕਿ ਬੰਦਾ ਆਣਾ ਹੀ ਆ ਆਣਾ ਹੀ ਆਣਾ ਜਿਹੜਾ ਮਾਂ ਵੱਧ ਟਾਈਮ ਵੀ ਆਣਾ ਪੈਣਾ ਹੈ ਅੱਛਾ ਸਾਰਾ ਬੰਦ ਹੈਗਾ ਹੁਣ ਤਾਂ ਫਿਰ ਇਹ ਨਾ ਵੱਡਾ ਫਾਰਮ ਬਣਾਉਣ ਲੱਗੇ ਹਾਂਜੀ ਵੱਡਾ ਫਾਰਮ ਬਣਾਉਣ ਕਿੰਨੀਆਂ ਘੋੜੀਆਂ ਰੱਖਣ ਦਾ ਇਰਾਦਾ ਹੈ ਘੋੜੀਆਂ ਤਾਂ ਜੀ ਮੈਨੂੰ ਲੱਗਦਾ ਉੱਥੇ ਵਿਆਹ ਵੀ ਹੋ ਸਕਦੀਆਂ ਜੀ ਅੱਛਾ ਹਾਂ ਵੈਸੇ ਹਜੇ 10 ਕਮਰੇ ਤਾਂ ਵੈਸੇ ਬਣ ਚੁੱਕੇ ਆ ਹਜੇ ਹੋਰ ਚੱਲੀ ਜਾਂਦਾ ਸ਼ੈੱਡ ਪੈ ਹਾਂ ਸ਼ੈੱਡ ਪੈਂਦੀ ਜੀ ਅੱਛਾ ਜੀ ਹਾਂ ਮੁੰਡਾ ਪਿੰਡਾ ਮੇਰੇ ਪਿੰਡ ਤੋਂ ਠੀਕ ਹੈ ਜੀ ਉਹ ਪਰਥ ਅੱਛਾ ਨਾਲੇ ਉੱਥੇ ਆਸਟ੍ਰੇਲੀਆ ਚ ਹੋ ਗਈ ਹਾਂ ਜੀ ਨਾਲ ਹੀ ਆਸਟ੍ਰੇਲੀਆ ਦੇ ਵਿੱਚ ਨਾ ਤੇ ਹਾਂ ਜੀ ਉਹ ਤੇ ਮਤਲਬ ਹਜੇ 10 ਘੋੜੀਆਂ ਦਾ ਬਣਦਾ ਪਿਆ ਤੇ ਦਾ ਮਤਲਬ ਪਿਆ ਕ ਮੱਝਾਂ ਦਾ ਅੱਛਾ ਪਸ਼ੂ ਵੀ ਨਾਲ ਬੱਕਰੀਆਂ ਦਾ ਤੇ ਬਾਕੀ ਹੋਰ ਹਜੇ ਪਲੈਨਿੰਗ ਦੇ ਹਿਸਾਬ ਨਾਲ ਕੁਝ ਵੀ ਆ ਸਕਦਾ ਚੱਲੂਗਾ ਯਾਨੀ ਜਾਨਵਰ ਸਾਰਿਆਂ ਦਾ ਸ਼ੌਂਕ ਹੈ ਤੇ ਸਾਰੇ ਜਾਨਵਰ ਵਿੱਚ ਰੱਖੂਗਾ ਹਾਂ ਜੀ ਸਟੱਡ ਫਾਰਮ ਸਹੀ ਹੈ ਪ੍ਰੋਪਰ ਬਣਾਉਂਗੇ ਨਾ ਹਾਂ ਅਗਲੇ ਸਾਲ ਹੋ ਜੂਗਾ ਹੀ ਡਨ ਤੇ ਨਾਮ ਨੂੰ ਰੱਖ ਲਿਆ ਕਿ ਸਟੱਡ ਫਾਰਮ ਹਾਂ ਜੀ ਨਾਮ ਰੱਖਿਆ ਹੈ ਮੈਂ ਤੁਹਾਨੂੰ SS ਜਗਤਪੁਰ ਸਟੱਡ ਫਾਰਮ ਹੈ SS ਜਗਤਪੁਰ ਸਟੱਡ ਕੀ ਫੁੱਲ ਫਾਰਮ ਕੀ ਬਣ ਗਈ ਫਿਰ SS ਜਗਤਪੁਰ ਦਾ ਡੈਡੀ ਦੇ ਨਾਮ ਹੈ ਜੀ ਅੱਛਾ ਜੀ ਹਾਂ ਠੀਕ ਆ ਸਹੀ ਆ ਬਾਕੀ ਅਸੀਂ ਸਾਡਾ ਜਿਹੜਾ ਹੈਗਾ ਸਾਡਾ ਹੈਗਾ ਜਾਰਨਗੀਨੇ ਅੱਛਾ ਜਾਰਨਗੀਨੇ ਗਰੁੱਪ ਹੈ ਉਹਦਾ ਹਾਂ ਗਰੁੱਪ ਵੀ ਹੈ ਤੇ ਸਟੱਡ ਫਾਰਮ ਵੀ ਹੈ ਸਟੱਡ ਫਾਰਮ ਵੀ ਹੈ ਅੱਛਾ ਠੀਕ ਦੂਜਾ ਆਪਣਾ ਉਧਰ ਹੈਗਾ ਪਟਿਆਲੇ ਅੱਛਾ ਜਣੀ ਦੋ ਤਾਂ ਇੱਥੇ ਹੋ ਗਏ ਹਾਂਜੀ ਇਹ ਤਾਂ ਇੱਕ ਤਾਂ ਨਵਾਂ ਨਾ ਜਿਹੜਾ ਬਣਦਾ ਬਣ ਰਿਹਾ ਇੱਕ ਤਾਂ ਆਪਣੇ ਘਰ ਦਾ ਹੀ ਹੋ ਗਿਆ ਜਿਹੜਾ ਦੂਜਾ ਘਰ ਚ ਹੀ ਆ ਦੂਸਰਾ ਜਿਹੜਾ ਬਣ ਰਿਹਾ ਦੂਸਰਾ ਵੀ ਤੀਸਰਾ ਵੀ ਜਿਹੜਾ ਪਹਿਲਾ ਸਾਲ ਤਾਂ ਉਹ ਵੀ ਬਣਦਾ ਪਿਆ ਉਹ ਵੀ ਬਣਦਾ ਪਿਆ ਅੱਛਾ ਘਰ ਚ ਜਗ੍ਹਾ ਘੱਟ ਸੀਗੀ ਮਤਲਬ ਰੱਖੇ ਹੋਏ ਸੀਗੇ ਬਿਲਕੁਲ ਬਿਲਕੁਲ ਪਰ ਹੁਣ ਫਾਰਮ ਉੱਤੇ ਫਾਰਮ ਤਕੜੇ ਉੱਪਰਲੇ ਪੱਧਰ ਤੇ ਜਾਊਗੇ ਫਿਰ ਹਾਂਜੀ ਹਾਂਜੀ ਕਣਕ ਵੱਢ ਕੇ ਬਸ ਸ਼ੁਰੂ ਹੈ ਜੀ ਉਹ ਵੀ ਅੱਛਾ ਜੀ ਠੀਕ ਹੈ ਠੀਕ ਹੈ ਇਹ ਸਹੀ ਆ ਤੇ ਉਹ ਜਿਹੜਾ ਸਟੱਡ ਫਾਰਮ ਆ ਉੱਥੇ ਤਾਂ ਮੈਂ ਕਹਿੰਦਾ ਪਾਤੜਾਂ ਦੇ ਕੋਲ ਛਤਰਾਣੇ ਆ ਕਿੱਥੇ ਛਤਰਾਣਾ ਛਤਰਾਣਾ ਪਿੰਡ ਹਾਂਜੀ ਠੀਕ ਹੈ ਤੇ ਉੱਥੇ ਮੈਂ ਨਾ ਘੋੜਾ ਵੀ ਆ ਉੱਥੇ ਨੁਕਰਾ ਘੋੜਾ ਜਿਆ ਮੈਂ ਨੁਕਰਾ ਹਾਂ ਜੀ ਰਤਨ ਦਾ ਬੱਚਾ ਜੀ ਅੱਛਾ ਇਹ ਅਲਵੰਦ ਦਾ ਪੋਤਾ ਹੈ ਨਾ ਉਹ ਹਾਂਜੀ ਠੀਕ ਹੈ ਬਈ ਉਹਦੀਆਂ ਮੈਨੂੰ ਕਲਿੱਪਾਂ ਜ਼ਰੂਰ ਭੇਜੋ ਜ਼ਰੂਰ ਤੇ ਆਪਣੇ ਕੋ ਜਿਹੜੀਆਂ ਹੁਣ ਹੈਗੀਆਂ ਘਰ ਇਸ ਟਾਈਮ ਦੋ ਘੋੜੀਆਂ ਹਾਂਜੀ ਦੋ ਘੋੜੀਆਂ ਜੀ ਆਪਣੇ ਠੀਕ ਹੈ ਇਹ ਨੁਕਰੀ ਦਾ ਕਿਹੜੀ ਲਾਈਨ ਤੇ ਇੱਕ ਹੈਗੀ ਜੀ ਨੁਕਰੀ ਪੰਜਾਬ ਚ ਮੰਨ ਲਓ ਆ ਜਾਂਦੀ ਹੈ ਪੰਜਾਬ ਚ ਹਾਂ ਜੀ ਨੀਲੀ ਚ ਥੋੜੀ ਮਤਲਬ ਉਹ ਹੈਗੀ ਜੀ ਮਹਾਰਾਣਾ ਜਿਹੜਾ ਬਾਦਲਾਂ ਕੋ ਜੀ ਵੱਡਾ ਘੋੜਾ ਹਾਂ ਸਾਲੀ ਵਾਲੀ ਲਾਈਨ ਚ ਤੇ ਉਹ ਹੈ ਜੀ ਆਪਣੇ ਉਹਦੀ ਬੱਚੀ ਆ ਹਾਂਜੀ ਉਹਦੀ ਬੱਚੀ ਆ ਡਾਇਰੈਕਟ ਅੱਛਾ ਜੀ ਮਹਾਰਾਣੀ ਦੀ ਸਹੀ ਆ ਮਹਾਰਾਣੀ ਦੀ ਬੱਚੀ ਆ ਤੇ ਮਾਂ ਵਾਲੀ ਨੀਲੀ ਸੀ ਆਪਣੇ ਮੰਜੂ ਗੁਲੈਨ ਦੀ ਅੱਛਾ ਜੀ ਉਹਦਾ ਜ਼ਿਆਦਾ ਨਹੀਂ ਪਤਾ ਇਹਦਾ ਤਾਂ ਹੀ ਥੋੜੇ ਪੰਜਾਬ ਲੋਕਾਂ ਦੇ ਤੇ ਉਹ ਜਿਹੜੀ ਮਜ਼ਬੂਤੀ ਆ ਉਹ ਦਿਖਦੀ ਆ ਮੰਜੂ ਗੁਲੈਨ ਦੀ ਹੈਗੀ ਆ ਨਾ ਹਾਂਜੀ ਤੇ ਕਾਲੀ ਘੋੜੀ ਜਿਹੜੀ ਸੀ ਉਹ ਦੂਜੀ ਮਾਰਵਾੜੀ ਹਾਂਜੀ ਕਾਲੀ ਘੋੜੀ ਹੈਗੀ ਜੀ ਉਹ ਹੈਗੀ ਰਤਨਾਕਰ ਦੀ ਸ਼ਕਤੀ ਘੋੜੇ ਦੀ ਬੱਚੀ ਹੈ ਜੀ ਅੱਛਾ ਸ਼ਕਤੀ ਜੀ ਰਤਨਾਕਰ ਦਾ ਡਾਇਰੈਕਟਰ ਰਤਨਾਕਰ ਦੀ ਬੱਚੀ ਹਾਂਜੀ ਤੇ ਸ਼ਕਤੀ ਰਤਨਾਕਰ ਦਾ ਜੀ ਹਾਂਜੀ ਹਾਂਜੀ ਤੇ ਸ਼ਕਤੀ ਦੀ ਗਾਂ ਬੱਚੀ ਹੈ ਸ਼ਕਤੀ ਦੀ ਬੱਚੀ ਹੈ ਠੀਕ ਹੈ ਬਈ ਸਹੀ ਆ ਤੇ ਬਾਕੀ ਹਜੇ ਘੋੜੀਆਂ ਆਉਗੀਆਂ ਹੌਲੀ ਹੌਲੀ ਹਾਂਜੀ ਫਿਰ ਸਿੱਧੀਆਂ ਫਾਰਮ ਤੇ ਆਉਂਗੇ ਹਾਂਜੀ ਬਸ ਕਹਿ ਲਓ ਵੀ ਕਦੋਂ ਤੱਕ ਖਤਮ ਹੋ ਜੂ ਫਾਰਮ ਦਾ ਕੰਮ ਫਾਰਮ ਤੇ ਤਾਂ ਵੈਸੇ ਮੈਨੂੰ ਲੱਗਦਾ 2 ਮਹੀਨੇ ਤੱਕ ਆ ਜਾਣੀ ਹੈ ਜੀ 2-3 ਤਾਂ 3 ਆ ਜਾਣੀ ਅੱਛਾ ਹਾਂਜੀ ਜਾਣੀ ਆਹੀ ਝੋਨਾ ਲਾਉਂਦੇ ਸਰ ਚੱਲ ਪੈਣਾ ਕੰਮ ਉਧਰ ਵੀ ਹਾਂਜੀ ਹਾਂਜੀ ਜੂਨ ਜੁਲਾਈ ਤੱਕ ਸ਼ਾਇਦ ਪਹਿਲੇ ਆ ਜੀ ਠੀਕ ਹੈ ਅੱਛਾ ਇੱਕ ਹੁਣ ਇਹ ਸਪਰਿੰਗੂ ਭਾਈ ਤੁਸੀਂ ਆਸਟ੍ਰੇਲੀਆ 'ਚ ਪੱਕੇ ਆ ਸਾਰਾ ਕੁਝ ਹੈਗਾ ਹੈ ਨਾ ਵੀ ਇਹ ਫਿਰ ਵੀ ਇੱਥੇ ਕਾਹਤੇ ਇਦਾਂ ਮਤਲਬ ਭਾਈ ਸ਼ੌਂਕ ਖਿੱਚੀ ਜਾਂਦਾ ਬਾਰ ਬਾਰ ਜਿੱਦਾਂ ਕਹਿੰਦੇ ਜਦ ਕਿਸਮਤ 'ਚ ਲਿਖਿਆ ਆਇਆ ਤੇ ਆਪਾਂ ਇੰਡੀਆ ਨਾਲ ਨਹੀਂ ਥੋੜਾ ਤਾਂ ਯਾਰ ਜ਼ਿਆਦਾ ਕਿਸਮਤ 'ਚ ਲਿਖਿਆ ਵਾ ਮਤਲਬ ਬਲੱਡ 'ਚ ਕਹਿ ਲਓ ਵੀ ਮਤਲਬ ਕਿਸਮਤ 'ਚ ਵੀ ਹੈਗਾ ਆ ਉਹ ਛੱਡ ਨਹੀਂ ਹੁੰਦਾ ਛੱਡ ਨਹੀਂ ਹੁੰਦਾ ਨਾ ਨਹੀਂ ਬੰਦਾ ਤੁਸੀਂ ਟਰੱਕ ਚਲਾਉਣੇ ਆ ਆਸਟ੍ਰੇਲੀਆ ਦੇ ਵਿੱਚ ਨਾ ਤੇ ਆਪਾਂ ਕਾਫੀ ਦੇਰ ਤੋਂ ਉੱਥੇ ਵੀ ਇਕੱਠੇ ਸੀ ਆਸਟ੍ਰੇਲੀਆ 'ਚ ਵੀ ਹੈ ਨਾ ਦਿਨ ਸਾਰਾ ਸੀਗਾ ਖੇਡਦੇ ਰਹੇ ਹਾਂ ਇਕੱਠੇ ਖੇਡਦੇ ਰਹੇ ਆਪਾਂ ਸਾਰਾ ਕੁਝ ਤੇ ਹੈ ਨਾ ਉੱਥੇ ਵੀ ਆਪਾਂ ਇਹ ਗੱਲ ਕਹਿੰਦੇ ਵੀ ਸਾਰਾ ਕੁਝ ਸੀ ਤੁਹਾਡੇ ਕੋਲ ਹਾਂਜੀ
ਹਨਾ, ਉੱਥੇ ਹੁਣ ਵੀ ਹੈਗਾ ਸਾਰਾ ਕੁਛ। ਬੰਦਾ ਕਹਿੰਦਾ ਯਾਰ ਸ਼ੈੱਡ ਹੁਣ ਜੋ ਸ਼ੌਂਕ ਉੱਥੇ ਰੱਖ ਲੈਨੇ, ਕੋਈ ਹੋਰ ਕਰ ਲੈਨੇ, ਸੂਰੀ ਸ਼ੌਂਕ ਕੁੱਤੇ ਰੱਖ ਲਈ ਜਾਂਦੇ ਆ ਮੇਰੇ ਯਾਰ ਦੋਸਤ ਰੱਖੇ ਤੇ ਮੈਂ ਹੁਣ ਚਲੋ ਕਰ ਲਿਆ। ਪਰ ਹੁਣ ਮੈਂ ਯਾਨੀ ਕਿਸੇ ਥੋੜਾ ਇੱਧਰ ਨੂੰ ਆਣ ਕਰਕੇ ਨਹੀਂ ਰੱਖਦਾ ਪਿਆ। ਹਾਂ ਆਪੇ ਕੋਈ ਉੱਥੇ ਪਿੱਛੇ ਸਾਹਮਣੇ ਉੱਥੇ ਕਰੇ ਕਦੇ 15 ਦਿਨ ਕਦੇ ਹਟ ਨਹੀਂ ਹੁੰਦਾ ਕੋਲੇ ਰੱਖੇ ਹੋਏ ਹਨਾ। ਤੇ ਇੱਥੇ ਫਿਰ ਮਤਲਬ ਹੁਣ ਇੱਦਾਂ ਹੈ ਵੀ ਇੱਥੇ ਉੱਥੇ ਇੰਨਾ ਪੈਸਾ ਨਹੀਂ ਲਾ ਸਕਦੇ ਜੀ ਅਸੀਂ, ਕਿਉਂਕਿ ਅਸੀਂ ਉੱਧਰ ਜਾ ਕੇ ਕੰਟਰੀ ਆਪਾਂ ਘਰ ਲੈਂਦੇ ਸਾਰਾ ਕੁਝ ਕਰਦੇ ਹਾਂ। ਇੱਥੇ ਫਿਰ ਆਪਣਾ ਸ਼ੌਂਕ ਪੂਰਾ ਕਰ ਸਕਦੇ ਹਾਂ, ਸ਼ੌਂਕ ਪੂਰਾ ਕਰਨ ਲਈ ਇੰਡੀਆ ਆਉਣਾ ਪੈਂਦਾ। ਆਪਣੀ ਜ਼ਮੀਨ ਹੈਗੀ ਆ, ਉਹ ਚ ਫਾਰਮ ਬਣਾ ਲਈਏ ਜਾਂ ਕੁਛ ਵੀ ਕਰ ਲਈਏ, ਉਹ ਚ ਕੁਛ ਬੀਜ ਲਈਏ, ਉਹ ਆਪਣੇ ਤੇ ਆ ਨਾ। ਬਿਲਕੁਲ, ਪੱਠਾ ਬੀਜਣਾ ਤਾਂ ਆਪਣੀ ਵੀ ਸਭ ਕੁਛ ਮਤਲਬ ਹੈ ਨਾ, ਜਾਨਵਰ ਰੱਖਣੇ ਆ ਉਹ ਆਪਣੀ ਜ਼ਮੀਨ ਜਾਂ ਮਰਜ਼ੀ ਕੰਧ ਕਰਤੇ ਵਿੱਚ ਛੱਡ ਦੋ ਹਨਾ। ਬਿਲਕੁਲ, ਇਹ ਚੀਜ਼ਾਂ ਹੈਗੀਆਂ ਆ ਉੱਥੇ, ਇਹ ਚੀਜ਼ਾਂ ਦੀ ਥੋੜੀ ਤੰਗੀ ਆ, ਬਹੁਤ ਤੰਗੀ ਆ। ਕਿਤੇ ਨਾ ਕਿਤੇ ਫੀਲ ਨਹੀਂ ਹੁੰਦਾ ਵੀ ਜੇ ਇੱਕ ਮਲਣਿਆਂ ਚ ਘਰ ਬਣਨਾ ਜੀ ਇੱਥੇ 5-7 ਮਹੀਨੇ, ਤੇ ਕਨਾਲ ਕਨੂਲ ਤਾਂ ਭੌਂਦੇ ਛੱਡਦੇ ਦਾ, ਠੀਕ ਹੈ ਜੀ। ਤੇ ਮਤਲਬ ਕਨਾਲ ਕੀ ਮਤਲਬ ਵੱਧੇ ਛੱਡਿਆ, ਖੇਤ ਖੂਤ ਪਏ ਆ ਆਪਣੇ ਹਨਾ, ਐਦੇ ਪਏ ਹਨ ਖੇਤ ਖੰਡ ਦਾ, ਉਹਦੇ ਆਪਾਂ ਪਸ਼ੂਆਂ ਲਈ ਛੱਡ ਦਈਦਾ ਵੀ ਚੱਲ ਕੋਈ ਗੱਲ ਨਹੀਂ ਨਾ। ਤੇ ਉਹਦੇ ਕਰਕੇ ਜੀ ਫਿਰ ਇੱਥੇ ਉਹ ਚੀਜ਼ਾਂ ਨਹੀਂ ਹੁੰਦੀਆਂ, ਉੱਤਰ ਮਿਲਦੀਆਂ ਨਹੀਂ ਹੈਗੀਆਂ ਇੱਥੇ, ਯਾਨੀ ਕਿ ਵਧੀਆ ਸਾਰਾ ਕੁਛ ਕਰ ਸਕਦੇ ਹਾਂ, ਮਤਲਬ ਜਿਹੜਾ ਆਪਾਂ ਚਾਹੁੰਦੇ ਹਾਂ ਸੁਪਨਾ ਜਿਹੜਾ ਵੀ ਹੁੰਦਾ ਬੰਦੇ ਦਾ ਪੂਰਾ ਕਰ ਸਕਦੇ ਹਾਂ। ਸਹੀ ਹੈ, ਬਿਲਕੁਲ, ਮਤਲਬ ਜ਼ਿਆਦਾ ਕਰਕੇ ਐਨੀਮਲ ਦੇ ਵਿੱਚ ਜੇ ਆਪਾਂ ਰੱਖਦੇ ਹਾਂ ਸ਼ੌਂਕ ਹੈਗਾ ਆ। ਮਤਲਬ ਐਨੀਮਲ ਦੇ ਤਾਂ ਜਗ੍ਹਾ ਚਾਹੀਦੀ ਆ, ਕਿਉਂਕਿ ਇਹਨਾਂ ਨੇ ਖੇਡਣਾ ਵੀ ਹੁੰਦਾ ਆ, ਸਪੈਸ਼ਲੀ ਲਾਰਜ ਐਨੀਮਲ ਜੇ ਆਪਾਂ ਜਾਣੇ ਦਾ, ਚਾਹੇ ਕੋਈ ਡੈਰੀ ਦਾ ਕਰਦਾ, ਚਾਹੇ ਕੋਈ ਘੋੜਿਆਂ ਦਾ ਕਰਦਾ ਹਨਾ, ਹਜੇ ਡੌਗ ਨੂੰ ਵੀ ਆਪਾਂ ਕਹਿੰਦੇ ਚਲੋ ਘਰ ਦੇ ਵਿੱਚ ਰੱਖ ਲੈਂਦੇ ਆ, ਛੱਤ ਤੇ ਖੁੱਲਾ ਛੱਡ ਦੇਵਾਂਗੇ। ਲਾਰਜ ਐਨੀਮਲ ਲਈ ਤਾਂ ਆਪਾਂ ਨੂੰ ਘੱਟੋ ਘੱਟ ਇੱਕ ਖੇਤ ਤਾਂ ਵੱਖਰਾ ਇਦਾਂ ਦਾ ਰੱਖਣਾ ਹੀ ਪੈਂਦਾ, ਰੱਖਣਾ ਪਊਗਾ ਜੀ ਹਨਾ ਇਹ ਚੀਜ਼ਾਂ। ਤੇ ਕਿਤੇ ਨਾ ਕਿਤੇ ਨੂੰ ਕੋਈ ਲੱਗਦਾ ਨਹੀਂ ਵੀ ਆਪਾਂ ਜੇ ਸਰਕਾਰਾਂ ਥੋੜੇ ਸਾਡਾ ਸਾਥ ਦੇਣ, ਇੰਡੀਆ 'ਚ ਕੋਈ ਇਹੋ ਜਿਹੇ ਸਾਨੂੰ ਜੌਬਾਂ ਦੇ ਦੇਣ ਜਾਂ ਇੰਡੀਆ 'ਚ ਸਾਨੂੰ ਕੋਈ ਇਹੋ ਜਿਹਾ ਕੰਮ ਦੇਣ ਤੇ ਅਸੀਂ ਬਾਹਰ ਨਾ ਜਾਈਏ, ਤਾਂ ਸੁਖੀ ਨਹੀਂ ਹੈਗੇ ਇੰਡੀਆ 'ਚ ਆਪਾਂ ਜਾ, ਅਸੀਂ ਤਾਂ ਕਹਿੰਦੇ ਹਾਂ ਜੀ ਹਨਾ ਇਹ ਚੀਜ਼। ਅਸ਼ੋ ਹੋਣ ਲੱਗ ਪਏ ਇਹਨਾਂ ਬੜਾ ਵਧੀਆ ਹੋਇਆ ਸੀਗਾ ਨਾ, ਹੁਣ ਫੇਰ ਰੁਕ ਜਾਏਗਾ ਕੰਮ। ਤੇ ਪਹਿਲਾਂ ਵੀ ਆ ਕੁੱਤਿਆਂ ਦੇ ਜਦੋਂ ਡੌਗ ਸ਼ੋ ਹੋਣ ਲੱਗੇ ਸੀ ਉਹ ਵੀ ਵਧੀਆ, ਪਹਿਲਾਂ ਕਬੱਡੀ ਦੇ ਹੋਣ ਲੱਗ ਪਏ ਸੀ, ਮਤਲਬ ਉਹ ਹੀ ਸਰਕਾਰਾਂ ਕਰਦੀਆਂ ਸੀ ਵਧੀਆ, ਹੁਣ ਤਾਂ ਬੈਨ ਕਰੀ ਜਾਂਦੇ, ਬਲਦ ਵੀ ਆਉਂਦੇ ਸੀ ਉਹਦੇ ਉੱਤੇ ਬੈਨ ਕਰਤੇ, ਫੇਰ ਰੁਕੇ ਰਹੇ 4-5 ਸਾਲ, ਘੱਟੋ ਘੱਟ ਪੰਜ ਸਾਲ ਉਦੋਂ ਉਹ ਬੈਨ ਚੱਲਿਆ। ਹਾਂਜੀ ਹਾਂਜੀ, ਤੇ ਉਹ ਗੱਲ ਹੈ ਵੀ ਮਤਲਬ ਉਸ ਪਾਸੇ ਨੂੰ ਅਸੀਂ ਮਤਲਬ ਸਤ ਤੁਰੇ ਨਹੀਂ ਹੁੰਦਾ ਜੀ। ਹੁਣ ਡੌਗ ਸੀਗਾ, ਡੌਗਾਂ ਤੇ ਬੈਨ ਲੱਗ ਗਿਆ, ਆਹ ਹੁਣ ਥੋੜੀ ਜਿਹਾ ਉੱਤੇ ਰੇਟ ਪਈ ਆ ਡੌਗਾਂ ਤੇ, ਤੇ ਆਪਣਾ ਸਟੇ ਆਰਡਰ ਹਲੇ ਮਿਲਿਆ ਆ ਸ਼ਾਇਦ, ਬਾਕੀ ਹਜੇ ਪਤਾ ਨਹੀਂ ਕੀ ਹੋਣਾ ਉਹ ਵੀ ਹਨਾ। ਤੇ ਸਰਕਾਰਾਂ ਕੁਛ ਗਲਤ ਨੀਤੀ ਆਪਾਂ ਕਹਿੰਦੇ ਤਾਂ ਹੈਗੇ ਆ ਵੀ ਹਾਂ ਵੀ ਨੌਜਵਾਨੀ ਸੰਭਾਲਣੀ ਆ, ਰੱਖਿਓ ਤਾਂ ਉਹਨੀ ਵੀ ਹੈਗੇ 4-4, 5-5 ਬਿਲਕੁਲ ਮਤਲਬ ਸੋਹਣੇ ਲੱਗਦੇ ਆ ਹਰ ਇੱਕ ਨੂੰ। ਪਰ ਹਾਂਜੀ, ਤੇ ਪਰ ਪਤਾ ਨਹੀਂ ਸਾਡੇ ਆਣੇ ਜੇ ਥੋੜਾ ਜਿਹਾ ਵੀ ਉਹਨਾਂ ਨੂੰ ਡਾਊਟ ਆ ਵੀ ਪਤਾ ਨਹੀਂ ਕੀ ਗੱਲ ਪਈ ਖਰੇ, ਅਸੀਂ ਕੱਢ ਲੈਣਾ ਵਿੱਚ ਇਹਨਾਂ ਜੇ ਕਿਤੇ ਕੀ ਕਹਿਣਾ ਨਾ, ਤੇ ਜਾ ਆਪਾਂ ਇਹ ਕਹਿੰਦਾ ਸਰਕਾਰਾਂ ਕੋਲ ਚੱਲ ਨਹੀਂ ਹੁੰਦਾ ਵੀ ਨੌਜਵਾਨੀ ਜਿਹੜੀ ਉਹ ਸਹੀ ਰਾਹ ਤੁਰਦੀ ਹੈ। ਬਿਲਕੁਲ ਜੀ, ਹੈਨਾ, ਮਤਲਬ ਜਿਹੜਾ ਦਰਮੇਸ਼ ਹੈ ਜਿਹਦੇ ਆਪਾਂ ਰੋਟੀ ਪਾਉਂਦੇ ਹਾਂ ਨਾ, ਤੇ ਚੰਗੇ ਚਲੋ ਰਾਖੀ ਵੀ ਕਰਦਾ, ਸਾਡਾ ਹੈਲਪ ਵੀ ਕਰਦਾ, ਜੇ ਸੌਂ ਵੀ ਜਾਂਦੇ ਅਸੀਂ ਰਾਤ ਨੂੰ ਵੀ, ਮਤਲਬ ਰਾਖੀ ਬੰਦੇ ਨੂੰ ਜ਼ਿਆਦਾ ਕਰਦਾ ਹੈ। ਬਿਲਕੁਲ, ਮੈਂ ਇੱਕ ਗਾਰਡ ਡੌਗ ਤੇ ਮੰਨਿਆ ਗਿਆ। ਬਿਲਕੁਲ, ਤੇ ਜੇ ਹੁਣ ਦੇਖਿਆ ਘੋੜਿਆਂ ਦੇ ਵੀ ਆਹ ਕਿੰਨੀ ਦੇਰ ਪਹਿਲਾਂ ਸ਼ੋਅ ਰੁਕੇ ਰਹੇ ਆ ਹਨਾ, ਘੋੜਿਆਂ ਦੇ ਉਹ ਸ਼ੋਅ ਮੁਕਤਸਰ ਵਾਲਾ ਤਾਂ ਮੈਨੂੰ ਯਾਦ ਹੈ, ਅਸੀਂ ਖੁਦ ਗਏ ਸੀਗੇ ਖੁਦ ਐਕਟੀਵੀ ਪਹਿਲਾਂ, ਹੁਣ ਬੰਦ ਹੋਣਾ ਨਹੀਂ ਸੀਗਾ ਮੁਕਤਸਰ ਵਾਲਾ, ਫਿਰ ਚਲੋ ਕਰ ਕਰਾ ਕੇ ਹੋ ਗਿਆ, ਚਲੋ ਜੋ ਵੀ ਮੁਕਤਸਰ ਵਾਲਾ ਵੀ ਇਦਾਂ ਹੋਈ ਆ ਮੌਕੇ ਤੇ, ਚਲੋ ਸਾਰੇ ਐਵੇਂ ਕਹਿ ਦਈਏ ਭਰਾ ਆਪਣੇ ਇਕੱਠੇ ਹੋਏ ਘੋੜਿਆਂ ਵਾਲੇ, ਤੇ ਉੱਥੇ ਜਾ ਕੇ ਡੀਸੀ ਆਫਿਸ ਘੇਰਿਆ, ਉੱਥੇ ਹੀ ਸੀ ਮੈਂ ਉਸ ਦਿਨ ਵੀ ਗਏ ਸੀ ਅਸੀਂ, ਚਲੋ ਫੋਨ ਆਏ ਸੀ ਤਾਂ ਉਹ ਜਾ ਕੇ ਮੁਕਤਸਰ ਵਾਲਾ ਚੱਲਿਆ, ਤੇ ਹਨਾ ਉਹਦੇ ਕਰਕੇ ਹੌਲੀ 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 ਸਾਰੇ ਸ਼ੋਅ ਲੱਗੇ ਆ। ਨਹੀਂ ਤਾਂ ਸਮਝ ਨਹੀਂ ਲੱਗ ਰਿਹਾ ਵੀ ਜਿਹੜੀ ਚੀਜ਼ ਦਾ, ਜੇ ਆਪਾਂ ਚਲੋ ਮੰਨ ਲੈਂਦੇ ਹਾਂ ਵੀ ਉਹ ਗਲੈਂਡਰ ਨਾਮ ਦੀ ਬਿਮਾਰੀ ਆ, ਉਹ ਬੰਦਿਆਂ ਨੂੰ ਹੋ ਸਕਦੀ ਆ, ਬੰਦੇ ਮਾਰ ਸਕਦੇ ਆ, ਜਿਹੜਾ ਨਸ਼ਾ ਆ ਇਹਨਾਂ ਤਾਂ ਰੋਜ਼ ਮਰਦੇ ਆ, ਉਹ ਤਾਂ ਜਦੋਂ ਹੋਊਗੀ ਹੋਊਗੀ, ਇਹਨਾਂ ਤਾਂ ਹੋ ਰਹੀ ਆ, ਸਾਡੇ ਆਪਣੇ ਮੁੰਡੇ ਕਈ ਮਤਲਬ ਯਾਰ ਦੋਸਤ ਕਾਫੀ ਮਰੇ,
ਕਈ ਵਾਰ ਇਹ ਚ ਕਿਹੜੀ ਗੱਲ ਹੈ ਨਾ ਵੀ ਜੋ ਫਰੈਂਡ ਸਰਕਲ ਚ ਸਾਡੇ ਵੀ ਹੋਇਆ ਆਪਣੇ ਜੋ ਵੀ ਹੋਇਆ ਉਹ ਦਿਖਦਾ ਹੀ ਆ ਸਾਨੂੰ ਗੰਦੀ ਚੀਜ਼ ਸਭ ਤੋਂ ਉਹ ਹੈ ਜੀ ਸਭ ਤੋਂ ਵੱਡੀ ਚੀਜ਼ ਆ ਨਸ਼ਾ ਹੈ ਨਾ ਹਾਂ ਉਹ ਚੀਜ਼ਾਂ ਦੇ ਉੱਤੇ ਬੈਨ ਹੋਣਾ ਚਾਹੀਦਾ ਮਤਲਬ ਸਰਕਾਰਾਂ ਉੱਤੇ ਬੈਨ ਸਰਕਾਰਾਂ ਉੱਤੇ ਬੈਨ ਛੱਡ ਕੇ ਹਾਂਜੀ ਇਹ ਪਸ਼ੂਆਂ ਉੱਤੇ ਜਾਨਵਰਾਂ ਉੱਤੇ ਸ਼ੌਂਕ ਉੱਤੇ ਬੈਨ ਲਾ ਰਹੀ ਹੈ ਹੈਨਾ ਗਲਤ ਹੈ ਜੀ ਵੈਸੇ ਤਾਂ ਬਿਲਕੁਲ ਇਹਨਾਂ ਚੀਜ਼ਾਂ ਦਾ ਜਿਹੜਾ ਪੁੱਠੇ ਪਾਸੇ ਨੂੰ ਸਰਕਾਰਾਂ ਲੈ ਕੇ ਚੱਲ ਰਹੀਆਂ ਤੇ ਭਾਜੀ ਹੁਣ ਫਿਰ ਘੋੜਾ ਕਦੋਂ ਕੁ ਆ ਜਾਊਗਾ ਆਪਣੇ ਕੋਲ ਫਾਰਮ ਤੇ ਘੋੜਾ ਹਾਂਜੀ ਆਪਣਾ ਜੀ ਆਪਣਾ ਫਰੈਂਡ ਆ ਮੁੰਡਾ ਬਲਜੀਤ ਸਿੱਖ ਆ ਆਪਣੇ ਸਿੱਖ ਆ ਅੱਛਾ ਉਹ ਵੀ ਬਾਹਰੇ ਜੀ ਆਪਣੇ ਮੈਲਬਨ ਉਹ ਮੇਰੇ ਸਾਡਾ ਮਿੱਤਰ ਜਾਨੀ ਕਿ ਭਰਾ ਵਾਂਗੂ ਆਪਣਾ ਪਿਆਰ ਆ ਅੱਛਾ ਜੀ ਤੇ ਮਤਲਬ ਇੱਧਰ ਆ ਜਾ ਕਰੂਗਾ ਤੇ ਯਾਨੀ 6-6 ਮਹੀਨੇ ਲਾਇਆ ਕਰੂੰਗੇ ਦੋਨੋਂ ਜਾਣੇ ਫਿਰ ਇਹਦੇ ਚੱਲਣਾ ਤੇ ਚਿੱਤਰ ਲੈ ਲਈਏ ਮਤਲਬ ਕੋਈ ਮਤਲਬ ਸਵਾਬ ਹੈ ਅੱਛਾ ਤੇ ਮਾਰਵਾੜੀ ਵੱਲ ਚੱਲੂਗੇ ਜਾਂ ਫਿਰ ਨੁਕਰਿਆਂ ਚ ਨਹੀਂ ਆਪਾਂ ਸਾਰਿਆਂ ਦਾ ਹੀ ਸ਼ੌਂਕ ਹੈ ਜੀ ਮਾਰਵਾੜੀ ਦਾ ਵੀ ਨੁਕਰਿਆਂ ਦਾ ਇਦਾਂ ਦਾ ਕੋਈ ਚੱਕਰ ਨਹੀਂ ਹੈ ਨਾ 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 ਸੋਹਣੇ ਨਹੀਂ ਮੈਂ ਕਿਹਾ ਵੀ ਬਰੀਡਿੰਗ ਦੇ ਵਿੱਚ ਵੀ ਮਾਰਵਾੜੀ ਜ਼ਿਆਦਾ ਸਾਨੂੰ ਸੋਚਦੇ ਆ ਜਾਂ ਨਹੀਂ ਨਹੀਂ ਆਪਾਂ ਨੂੰ ਉਹ ਨਹੀਂ ਹੈਗਾ ਵੀ ਪੈਸੇ ਵਾਲਾ ਕੋਈ ਐਡਾ ਮੈਟਰ ਨਹੀਂ ਹੈਗਾ ਆਪਾਂ ਨੂੰ ਬਸ ਆਪਣੇ ਦਿਲ ਨੂੰ ਸੋਹਣੀ ਲੱਗਦੀ ਚੀਜ਼ ਹੈ ਦੋਨੋਂ ਚੀਜ਼ਾਂ ਹੀ ਸੋਹਣੀਆਂ ਲੱਗਦੀਆਂ ਜਾਨਵਰ ਤਾਂ ਦੋਨੇ ਇੱਕੋ ਜਿਹੇ ਸੋਹਣੇ ਤੇ ਮਤਲਬ ਚਾਹੁੰਦੇ ਆ ਕਿ ਮਤਲਬ ਉਹ ਵੀ ਹੋਣ ਤੇ ਉਹ ਵੀ ਹੋਣ ਹਾਂ ਦੋਨੋਂ ਮਿਕਸ ਹੀ ਚੱਲੇ ਸਾਰੇ ਕਲਰ ਹੋਣ ਮਤਲਬ ਕਹ ਲਓ ਅਬ ਲੱਕ ਵੀ ਪਸੰਦ ਆ ਸਾਨੂੰ ਅੱਛਾ ਜੀ ਹਾਂਜੀ ਉਹ ਵੀ ਮਤਲਬ ਤੇ ਫਿਰ ਇੱਕ ਨਾ ਚਲੋ ਚਾਹੇ ਆਪਣੇ ਲਾ ਲਓ ਚਾਹੇ ਮੇਰੇ ਸ਼ੌਂਕ ਲਈ ਲਾ ਲਿਓ ਵੀ ਇੱਕ ਨਾ ਮੱਝੂ ਦੇ ਵਾਲਾ ਜ਼ਰੂਰ ਰੱਖਿਓ ਬੈਠ ਮੱਝੂ ਦਾ ਪਹਿਲਾ ਸ਼ੌਂਕ ਹੈ ਜੀ ਉਹ ਜ਼ਰੂਰ ਰੱਖ ਲਿਓ ਚਾਹੇ ਘੋੜੀ ਰੱਖ ਲਿਓ ਘੋੜਾ ਨਹੀਂ ਦਾ ਹਾਂਜੀ ਆਪਣਾ ਹੁਣ ਚਲੋ ਮਲਾਈ ਸੀ ਆਪਾਂ ਪਟਵਾਰੀ ਤੋਂ ਘੋੜੀ ਉਹ ਚਲੋ ਉਹ ਤਾਂ ਕੰਮ ਖਰਾਬ ਹੋ ਗਿਆ ਥੋੜਾ ਜਿਹਾ ਕੋਸ਼ਿਸ਼ ਤਾਂ ਸਾਡੀ ਪੂਰੀ ਸੀ ਹਾਂ ਜੇ ਉਹ ਮੈਂ ਤੁਸੀਂ ਇਹ ਫੋਟੋ ਦਿਖਾਈ ਵੀ ਸ਼ੇਰੇ ਦੀ ਬਹੁਤ ਸੋਹਣਾ ਸੀਗਾ ਜੇ ਕਿਤੇ ਉਹ ਮਿਹਰ ਕਰਦਾ ਤਾਂ ਸਾਨੂੰ ਬਹੁਤ ਕੁਝ ਮਿਲ ਜਾਣਾ ਸੀ ਉਹਦੇ ਵਿੱਚ ਕੋਈ ਨਹੀਂ ਹੁਣ ਮਤਲਬ ਸ਼ਾਇਦ ਛੇਤੀ ਲਵਾਂਗੇ ਘੋੜੀ ਮੱਝੂ ਕੇ ਲੈਣ ਦੀ ਤੇ ਉਹ ਫਿਰ ਬੱਚੇ ਉਹ ਸਪੈਸ਼ਲ ਮੱਝੂ ਕੇ ਲੈਣ ਦੇ ਨਾਲ ਜੋੜ ਕੇ ਰੱਖਾਂਗੇ ਉਹਨੂੰ ਹਾਂ ਉਹ ਜ਼ਿਆਦਾ ਵਧੀਆ ਜੇ ਤੁਸੀਂ ਆਪਣੇ ਪੰਜਾਬ ਲਾਈਨ 'ਚ ਚੱਲੂਗੇ ਨਾ ਤੇ ਇੱਕ ਅੱਜ ਕੱਲ੍ਹ ਤਾਂ ਥੋੜੇ ਨੀਲਿਆਂ ਦਾ ਟ੍ਰੈਂਡ ਇਹ ਚੱਲਦਾ ਨੀਲੇ ਤਾਂ ਉਹਦੇ ਨੀਲੇ ਤਾਂ ਦੇਖਣਾ ਰਾਤ ਨੂੰ ਤੁਸੀਂ ਕਹਿ ਕੇ ਸੌਂ ਜਾਓ ਵੀ ਮੈਂ ਸੌਣ ਵੇਚਣਾ ਆ ਸਵੇਰ ਨੂੰ ਉੱਠਣ ਤੋਂ ਪਹਿਲਾਂ ਗਾਹਕ ਤੁਹਾਡੇ ਦਰਾਂ ਮੋਹਰੇ ਖੜੇ ਹੋ ਕੇ ਨੀਲਿਆਂ ਦਾ ਟ੍ਰੈਂਡ ਚੱਲ ਰਿਹਾ ਵੇਚਣਾ ਤਾਂ ਸਾਨੂੰ ਖੈਰ ਇਹਦਾ ਨਹੀਂ ਹੈਗਾ ਜੀ ਹਜੇ ਤਾਂ ਸਾਡਾ ਆਪਣੇ ਦਿਲ ਦੀ ਖੁਆਇਸ਼ ਨਹੀਂ ਪੂਰੀ ਹੁੰਦੀ ਬਿਲਕੁਲ ਬਿਲਕੁਲ ਹਜੇ ਆਪਣਾ ਹੀ ਮਨ ਨਹੀਂ ਭਰਦਾ ਕਿਸੇ ਚੀਜ਼ ਤੋਂ ਬੰਦਾ ਕਹਿੰਦਾ ਆ ਵੀ ਰੱਖ ਲਓ ਆ ਵੀ ਰੱਖ ਲਈਏ ਇਹ ਤਾਂ ਮਤਲਬ ਸ਼ੁਰੂਆਤ ਆ ਹਜੇ ਜਦੋਂ 10-15 ਸਾਲ ਲੰਘੂਗੇ ਫੇਰ ਕਦੇ ਜਾ ਕੇ ਦੇਖਾਂਗੇ ਤੇ ਹੋਊਗੇ ਬਰੀਡਿੰਗ ਚ ਟਾਈਮ ਲੱਭਦੇ ਫੇਰ ਦੇ ਦਾਂਗੇ ਪਰ ਹਜੇ ਤਾਂ ਖੈਰ ਲੱਭਦੇ ਕਰਦੇ ਜੇ ਤਾਂ ਬਰੀਡਿੰਗ ਟਾਈਮ ਲੱਭਦੀ ਆ ਮੈਂ ਮੰਗਦੀ ਆ ਬਰੀਡਿੰਗ ਤਾਂ ਇਹ ਆ ਵੀ 8-10 ਸਾਲ ਪਹਿਲਾਂ ਗਾਲਣੇ ਪੈਂਦੇ ਆ ਫੇਰ ਜਾ ਕੇ ਬੰਦਾ ਬਰੀਡਰ ਕਹਾਂ ਹਾਂ ਹਾਂ ਬਾਕੀ ਚਲੋ ਰੱਬ ਸਫਾ ਕਿ ਤੁਸੀਂ ਸਾਡੇ ਨਾਲ ਟੱਚ ਜਿੰਨੇ ਬੰਦੇ ਆ ਵਧੀਆ ਆ ਵਧੀਆ ਗਾਈਡ ਕਰਨ ਵਾਲੇ ਆ ਨਾ ਤੇ ਬਾਕੀ ਭਾਜੀ ਅਸੀਂ ਤਾਂ ਇਹੀ ਦੁਆ ਕਰਾਂਗੇ ਹਾਂਜੀ ਛੇਤੀ ਤੋਂ ਛੇਤੀ ਤੁਸੀਂ ਹਨਾ ਇੱਧਰ ਨੂੰ ਆ ਜਾਓ ਤੇ ਮੈਂ ਤਾਂ ਕਹਿੰਦਾ ਭਾਵੇਂ ਤੁਸੀਂ ਹੁਣ ਇੰਨਾ ਕੁ ਵਧੀਆ ਕੰਮ ਹੋਈ ਵੀ ਤੁਸੀਂ ਆਸਟ੍ਰੇਲੀਆ ਤੇ ਇੰਡੀਆ ਜਾ ਕੇ ਭਾਵੇਂ ਰਹਿਣਾ ਪੈ ਜੇ ਕੰਮ ਇੱਧਰ ਹੀ ਜ਼ਿਆਦਾ ਵਧੀਆ ਨਹੀਂ ਤਾਂ ਦੇਖੋ ਇਦਾਂ ਹੀ ਹੁਣ ਕੰਮ ਵੀ ਕਿੰਨਾ ਚਿਰ ਕਰ ਲਾਂਗੇ ਬਾਹਰ ਬਿਲਕੁਲ ਇੱਕ ਅਸੀਂ ਤਾਂ ਗਏ ਤਾਂ ਵੈਸੇ ਕੰਮ ਕਰਨ ਗਏ ਸੀਗੇ ਵੀ ਮੁੜੇ ਹਨਾ ਉੱਥੇ ਨਿਆਣਿਆਂ ਕਰਕੇ ਰਹਿਣਾ ਪੈ ਗਿਆ ਨਾ ਕਿਉਂਕਿ ਪੜ੍ਹਦੇ ਆ ਉਹਨਾਂ ਦਾ ਵੀ ਏਦਾਂ ਅੱਧ ਚ ਪੱਟ ਕੇ ਲਿਆਣੇ ਫਿਰ ਖਰਾਬ ਹੁੰਦਾ ਕੰਮ ਬਿਲਕੁਲ ਤੇ ਮਤਲਬ ਏਦਾਂ ਜਾਣੀ ਕਿ ਹੌਲੀ ਹੌਲੀ ਜਾਣੀ ਕਿ ਸਾਡਾ ਐ ਵੀ ਜਾਣੀ ਕਿ 6 ਮਹੀਨੇ ਰਹਿ ਜਾਈਏ ਸਾਲ ਰਹਿ ਜਾਈਏ ਜਾਣੀ ਕਿ ਦਿੱਕਤ ਨਾ ਹੋਵੇ ਕੋਈ ਬਿਲਕੁਲ ਹਾਂ ਮਤਲਬ ਐ ਤੁਸੀਂ ਜਾਣੇ ਵੀ ਚਲੋ ਬੱਚਿਆਂ ਦਾ ਫਿਊਚਰ ਉਧਰ ਬਣਿਆ ਰਹੇ ਹਾਂਜੀ 6 ਮਹੀਨੇ ਤੁਸੀਂ ਇੱਧਰ ਲਾ ਗਏ 6 ਮਹੀਨੇ ਉਧਰ ਲਾ ਗਏ ਇਹ ਚੱਲ ਪਵੇ ਬਸ ਨਾ ਆਪਣਾ ਚਿੱਤ ਪੂਰਾ ਵੀ ਹੋ ਜਾਂਦਾ ਜਿੱਥੇ ਆਪਣਾ ਸ਼ੌਂਕ ਚੱਲੀ ਜਾਂਦਾ ਨਾਲ ਨਾਲ ਬਿਲਕੁਲ ਵੈਸੇ ਮੈਂ ਖਤਮ ਕਰਨ ਲੱਗਾ ਸੀ ਗੱਲਬਾਤ ਪਰ ਮੈਂ ਕਹਿੰਦਾ ਵੀ ਇੱਕ ਚੀਜ਼ ਦਾ ਮੈਨੂੰ ਹੁਣ ਬੈਠੇ ਬੈਠੇ ਯਾਦ ਆਇਆ ਵੀ ਥੋੜਾ ਜਿਹਾ ਦਿਲ ਨੂੰ ਫੀਲ ਨਹੀਂ ਹੁੰਦਾ ਵੀ ਅਸੀਂ ਬਹੁਤ ਕੁਝ ਮਿਸ ਕਰਦੇ ਆ ਬਾਹਰ ਜਾ ਕੇ ਕਰਦੇ ਆ ਜੀ ਬਹੁਤ ਕਰਦੇ ਬਹੁਤ ਕੁਝ ਖੋ ਰਹੇ ਆ ਹਨਾ ਨਹੀਂ ਖੋ ਚੁੱਕੇ ਆ ਜੀ ਬਹੁਤ ਕੁਝ ਖੋ ਗਏ ਆ ਬਹੁਤ ਕੁਝ ਖੋ ਜਾਣਾ ਆ ਹਾਂਜੀ ਹਨਾ
ਜੇ ਆਪਾਂ ਇੱਥੇ ਰਹਿੰਦੇ ਉਹ ਵੀ ਗਿਆਨ ਹੁੰਦਾ ਸੀ ਜਦੋਂ ਲੋਕ ਗੁੜ ਕੱਢਦੇ ਹੁੰਦੇ ਸੀ, ਅੱਠ ਅੱਠ ਦਸ ਦਸ ਜਾਣੇ ਉੱਥੇ ਮੋਟਰਾਂ ਤੇ ਬੈਠੇ ਰਹਿਣਾ, ਅਸੀਂ ਉਹੀ ਕਹਿੰਦਾ ਅਸੀਂ ਵੀ ਖੁਦ ਕੱਢਦੇ ਰਹੇ, ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਜ਼ਿਆਦਾ ਵਧੀਆ ਸੀ। ਹਫ਼ਤਾ ਹਫ਼ਤਾ ਲੰਘ ਜਾਂਦਾ ਸੀ ਏਦਾਂ, ਚਲੋ ਕੱਢਦੇ ਚਾਰ ਕਰਾਣੇ ਸੀਗੇ, ਉਹੀ ਟਾਈਮ ਲੱਗ ਜਾਂਦਾ ਸੀ, ਟਾਈਮ ਲੱਗਦਾ ਸੀ ਉਹ ਦਿਨ ਦੇ ਵਿੱਚ ਕਿ ਹੁਣ ਤਾਂ ਚਲੋ ਟਰੈਕਟਰ ਨਾਲ ਆਪਾਂ ਕੱਢ ਲੈਂਦੇ ਜਾਂ ਕੁਛ, ਪਹਿਲਾਂ ਬਲਦਾਂ ਨਾਲ ਕੱਢਦੇ ਹੁੰਦੇ ਸੀ, ਦਿਨ ਚ ਚਾਰ ਜਾਂ ਪੰਜ ਚਾਟੀਆਂ ਕਹਿੰਦੇ ਕੱਢਦੇ ਹੁੰਦੇ ਸੀਗੇ, ਹਨਾ ਉਹ ਰਾਤ ਨੂੰ ਲੱਗ ਪੈਣਾ ਕਿਸੇ ਨੇ ਸਵੇਰੇ ਸਾਜਰੇ ਲੱਗ ਦਸ ਗਿਆਰਾਂ ਵੱਜ ਜਾਂਦੇ ਸੀਗੇ, ਵੱਜ ਜਾਂਦੇ ਸੀ, ਉਹੀ ਕਹਿੰਦਾ ਵੀ ਜਾਣੀ ਉਹ ਟਾਈਮ ਥੋੜ੍ਹੇ ਜਿਹੇ ਚਲੇ ਗਏ, ਉਹ ਟਾਈਮ ਬਹੁਤ ਵਧੀਆ ਸੀਗੇ, ਵਧੀਆ ਸੀ ਹਨਾ। ਹੁਣ ਤਾਂ ਅੱਜ ਦੇ ਟਾਈਮ ਦੇ ਵਿੱਚ ਤਾਂ ਜਿਹੜੇ ਇੱਥੇ ਹੈਗੇ ਆ ਤਾਂ ਨਿਆਣੇ ਪਤਾ ਨਹੀਂ ਕਾਹਤੇ ਦਿਨੇ ਤਾਂ ਜੀ ਉੱਠਦੇ ਨਹੀਂ ਸਵੇਰੇ ਸਾਜਰੇ, ਬਿਲਕੁਲ ਇਹ ਤਾਂ ਟ੍ਰੈਂਡ ਹੀ ਹੋ ਗਿਆ, ਪਹਿਲਾਂ 9 ਵਜੇ ਤੋਂ ਪਹਿਲਾਂ ਤਾਂ ਨਹੀਂ ਉੱਠਦੇ, ਸਾਡਾ ਟਾਈਮ ਹੁੰਦਾ ਸੀਗਾ ਅਸੀਂ ਜਾਨੀ ਕਿ 4 ਵਜੇ ਖੇਤਾਂ ਖੇਤੀ ਪਹੁੰਚੇ ਦਾ ਸੀਗਾ, ਚਾਹੇ ਕੰਮ ਨਾ ਵੀ ਹੋਵੇ ਕੋਈ ਪਰ ਜਾਣਾ ਪੈਂਦਾ ਸੀ, ਮੋਟਰ ਬੰਦ ਕਰਨੀ ਜਾਂ ਦੇਖਣਾ ਰਾਤ ਨੱਕਾ ਚੱਲਦੀਆਂ ਹੁੰਦੀਆਂ ਸੀ ਮੋਟਰਾਂ, ਪਰ ਹੁਣ ਜਾਨੀ ਕਿ ਹੈ ਨੀ, ਨਾਲੇ ਤੁਰ ਕੇ ਜਾਂਦੇ ਸੀ ਉਦੋਂ ਸਾਈਕਲਾਂ ਤੇ ਜਾਣਾ ਜਾਂ ਤੁਰ ਕੇ ਜਾਣਾ, ਤੇ ਹੁਣ ਤਾਂ ਮੋਟਰਸਾਈਕਲ ਕੋਲ ਆ ਤੇ ਫੇਰ ਵੀ ਨਹੀਂ ਜਾ ਹੁੰਦਾ, ਮਤਲਬ ਫਰਕ ਬਹੁਤ ਆ ਜੀ, ਫਰਕ ਬਹੁਤ ਆ। ਪਰਮਾਤਮਾ ਤੋਂ ਇਸਦਾ ਇਹੀ ਦੁਆ ਮੰਗਦੇ ਆ ਵੀ ਚਲੋ ਜ਼ਿੰਦਗੀ ਸਭ ਦੀ ਸੌਖੀ ਰੱਖੇ, ਪਰ ਉਹ ਚੀਜ਼ਾਂ ਵੀ ਜ਼ਰੂਰ ਵਿੱਚ ਐਡ ਕਰ ਦੇਵੇ ਸਾਡੇ ਦੁਆਰਾ, ਵੀ ਜਿਹੜੀਆਂ ਚੀਜ਼ਾਂ ਮਿਸ ਹੋ ਗਈਆਂ, ਜਿਹੜੀਆਂ ਵਧੀਆ ਚੀਜ਼ਾਂ ਅਸੀਂ ਭੁੱਲ ਚੁੱਕੇ ਹਾਂ, ਆਪਣਾ ਵਿਰਸਾ ਪਿਛੋਕੜ ਉਹ ਥੋੜਾ ਜਿਹਾ ਵਿੱਚ ਨੂੰ ਆ ਜਾਵੇ ਦੁਬਾਰਾ, ਹਨਾ। ਠੀਕ ਹੈ ਭਾਜੀ, ਤੇ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ, ਬਹੁਤ ਬਹੁਤ ਧੰਨਵਾਦ।